ਮੁਟਿਆਰ ਜੀ ਤੋ ਫੁਲਕਾਰੀ ਗਰੁੱਪ ਦੀਆਂ ਮੁਟਿਆਰਾਂ ਰੈਡੀ ਨੇ ਇਨਕਲਾਬੀ ਗਿੱਧਾ ਤੁਹਾਡੇ ਲਈ ਪੇਸ਼ ਕਰਨ ਲਈ ਤੋ ਇਹਨਾਂ ਨੇ ਕਾਫੀ ਸਾਰੀਆਂ ਬੋਲੀਆਂ ਖੁਦ ਲਿਖੀਆਂ ਨੇ ਤੋ ਉਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਉਹਨਾਂ ਦੀ ਸੋਚ ਦੇ ਮਿਆਰ ਦਾ ਤੋ ਨਿਊਜ਼ੀਲੈਂਡ ਫਸਟ ਸਾਂਝ ਕੱਪ ਗਿੱਧਾ ਦੀਆਂ ਚੈਂਪੀਅਨਸ 2013 ਵਿੱਚ ਪਹਿਲੀ ਵਾਰੀ ਇਹ ਕੱਪ ਦਾ ਆਯੋਜਨ ਕੀਤਾ ਗਿਆ ਸੋ ਉਸ ਗਿੱਧੇ ਦੀਆਂ ਚੈਂਪੀਅਨਸ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ ਮੈਂ ਫੁਲਕਾਰੀ ਗਰੁੱਪ ਕਿਰਨ ਤੁਹਾਡੇ ਲਈ ਕੁਛ ਇੱਕ ਦੋ ਸ਼ਬਦ ਕਹਿਣਾ ਚਾਹੇਗੀ ਸੋ ਪਲੀਜ਼ ਸਭ ਤੋਂ ਪਹਿਲਾਂ ਇੱਥੇ ਪਹੁੰਚੀ ਹਰ ਇੱਕ ਸ਼ਖਸੀਅਤ ਨੂੰ ਸਾਡੇ ਫੁਲਕਾਰੀ ਐਨਜ਼ੈਡ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅਸੀਂ ਜਿੱਦਾਂ ਕਿ ਦੀਦ ਦੱਸ ਚੁੱਕੇ ਨੇ ਕਾਫੀ ਕਿ ਅਸੀਂ ਗਿੱਧਾ ਪੇਸ਼ ਕਰਨ ਜਾ ਰਹੇ ਹਾਂ ਅਤੇ ਕਿਉਂਕਿ ਉਹਨਾਂ ਨੇ ਦੱਸ ਦਿੱਤਾ ਕਿ ਇਨਕਲਾਬੀ ਗਿੱਧਾ ਨਹੀਂ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਨ ਜਾ ਰਹੀ ਸੀ ਕਿ ਜਿਵੇਂ ਸਾਡੇ ਵੀਰ ਜੀ ਸੁਸ਼ੀਲ ਜੀ ਦੱਸ ਕੇ ਗਏ ਨੇ ਕਿ ਕਿਸੇ ਪ੍ਰੋਗਰਾਮ 'ਤੇ ਭਗਤ ਸਿੰਘ ਜੀ ਦੇ ਉੱਤੇ ਮੇਰੀ ਕਿੱਕ 'ਤੇ ਸਟਾਰਟ ਮੇਰਾ ਯਾਮਾ ਗੀਤ ਗਾਇਆ ਜਾ ਰਿਹਾ ਸੀ ਤਾਂ ਤੁਸੀਂ ਨਾ ਕਦੀ ਸੋਚੋ ਕਿ ਗਿੱਧਾ ਕਿੱਥੋਂ ਆ ਗਿਆ ਵੀ ਉਹੀ ਤੈਨੂੰ ਦੱਸਣਾ ਪਟੋਲਾ ਬਣ ਕੇ ਵਾਲੇ ਗੀਤ ਕਿੱਥੋਂ ਆ ਗਏ ਤਾਂ ਸਾਡੀ ਇੱਕ ਸੋਚ ਸੀ ਕਿ ਅਸੀਂ ਜੋ ਸਪੀਚ ਦੇ ਰਾਹੀਂ ਦੱਸਿਆ ਜਾਂਦਾ ਆ ਜਾਂ ਜੋ ਸੋਚ ਜ਼ਾਹਰ ਕੀਤੀ ਜਾਂਦੀ ਆ ਉਸ ਸੋਚ ਨੂੰ ਅਸੀਂ ਆਪਣੇ ਗਿੱਧੇ ਰਾਹੀਂ ਪੇਸ਼ ਕਰੀਏ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਲਾੜੀ ਮੌਤ ਵਿਆਹੁਣ ਜਾ ਰਿਹਾ ਹਾਂ ਅਤੇ ਮੇਰੀ ਮੌਤ 'ਤੇ ਕੋਈ ਰੋਇਓ ਨਾ ਜੇਕਰ ਅਸੀਂ ਆਪਣੇ ਭਰਾਵਾਂ ਭਤੀਜਿਆਂ ਭਾਣਜਿਆਂ ਦੇ ਵਿਆਹਾਂ 'ਤੇ ਗਿੱਧਾ ਪਾਉਂਦੇ ਹਾਂ ਤਾਂ ਸਾਨੂੰ ਉਹਨਾਂ ਦੀ ਸੋਚ ਨੂੰ ਕਾਇਮ ਰੱਖਣ ਲਈ ਵੀ ਗਿੱਧਾ ਪਾਉਣਾ ਚਾਹੀਦਾ ਆ ਇਸ ਕਰਕੇ ਫੁਲਕਾਰੀ ਐਨਜ਼ੈਡ ਦੇ ਗਰੁੱਪ ਵੱਲੋਂ ਅਸੀਂ ਗਿੱਧਾ ਪੇਸ਼ ਕਰਨ ਜਾ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਧੰਨਵਾਦ ਪਰੇ ਕਰਨਾ ਹਾਂਜੀ ਕਦਰੀ ਬਾਬਿਆਂ ਦਾ ਸੜਕ ਦਿਹਾੜਾ ਮਨਾਈਏ ਕਦਰੀ ਬਾਬਿਆਂ ਦਾ ਸੜਕ ਦਿਹਾੜਾ
ਇਨਕਲਾਬ ਕੀ ਹੈ? ਨੀ ਤੈਨੂੰ ਨੀ ਪਤਾ ਇਨਕਲਾਬ ਕੀ ਹੈ? ਨੀ ਮੈਨੂੰ ਤਾਂ ਛੱਡ, ਇੱਥੇ ਬੈਠੇ ਕਿਸੇ ਨੂੰ ਵੀ ਨੀ ਪਤਾ ਇਨਕਲਾਬ ਕੀ ਹੈ। ਪੁੱਛ ਲੈ ਨਾ ਸਾਹਮਣੇ ਬੈਠੇ ਸਰਮਾਏਦਾਰਾਂ ਨੂੰ ਜਾਂ ਇਹਨਾਂ ਸਮਾਜ ਦੇ ਠੇਕੇਦਾਰਾਂ ਨੂੰ ਕਿ ਕਿਸੇ ਨੂੰ ਪਤਾ ਇਨਕਲਾਬ ਕੀ ਹੈ। ਮੈਨੂੰ ਪਤਾ ਇਨਕਲਾਬ ਦਾ ਮਤਲਬ ਕੀ ਹੈ। ਇਨਕਲਾਬ ਦਾ ਮਤਲਬ ਹੁੰਦਾ ਬੰਬ ਸੁੱਟਣੇ, ਬੰਦੂਕਾਂ ਚਲਾਉਣੀਆਂ, ਗੋਰੇ ਭਜਾਉਣੇ। ਉਹ ਨਹੀਂ, ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਇਨਕਲਾਬ ਦਾ ਮਤਲਬ ਕੀ ਹੈ। ਨੀ ਫਿਰ ਤੂੰ ਹੀ ਦੱਸ ਦੇ ਇਨਕਲਾਬ ਦਾ ਕੀ ਮਤਲਬ ਹੈ। ਇਨਕਲਾਬ ਦਾ ਮਤਲਬ ਹੁੰਦਾ ਹੈ ਅੱਜ ਦੇ ਸਮਾਜ ਦੇ ਹਕੂਮਤੀ ਜਾ।
हेलो, बहुत बहुत शुक्रिया फुलकारी ग्रुप का, रमन एंड टीम। तो मैं लगता है सुशील जी शायद दो शब्द कहना चाहेंगे इन बारे। बहुत मेहरबानी, मैं सिर्फ इन्नी की गल कहनी चाहता हाँ, अगले आप सवाल जवाब के सिलसिले जाना, दोस्त बैठे रहन। पर जिस तरह साड़ी फुलकारी ग्रुप दियां बच्चियां ने तुहाडे सामने इनकलाबी गिद्धा पेश किया, यह अपने आप च इस गल का जवाब है कि जदों असी कल्चर की गल करते जिन्हों असी गाउण बजाउण तक सीमित कर लिया, जे गाउण बजाउण की गल करनी है तो फिर जिहड़ा गलत गाया बजाया जा रहा है उन्हू नौलना अपनी थान पर है, उन्हू निंदना अपनी थान पर है, पर असी उहदे बदल च दे की रहे हैं। फुलकारी ग्रुप ने दस्या कि उहदे बदल च कुछ दिता जा सकता है, इहनू अल्टरनेट कल्चर कहा जाता है। ਵੀ ਘੱਟੋ ਘੱਟ ਜੇ ਤੁਸੀਂ ਕਿਸੇ ਚੀਜ਼ ਦੀ ਵਿਰੋਧਤਾ ਕਰ ਰਹੇ ਹੋ ਤਾਂ ਤੁਹਾਡੇ ਕੋਲ ਜਵਾਬ 'ਚ ਕੀ ਹੈ? ਫੁਲਕਾਰੀ ਗਰੁੱਪ ਦੀਆਂ ਬੱਚੀਆਂ ਨੇ ਇਹ ਦੱਸਿਆ ਕਿ ਸਾਡੇ ਕੋਲ ਜਵਾਬ 'ਚ ਇਹ ਕੁਝ ਹੈ। ਇਹ ਜਵਾਬ ਕੇਵਲ ਅਤੇ ਕੇਵਲ ਤੁਹਾਡੇ ਸਾਹਮਣੇ ਨਹੀਂ ਹੈ, ਇਹ ਜਵਾਬ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹੈ, ਜਿਨ੍ਹਾਂ ਨੇ ਕਬੱਡੀ ਕੱਪ ਦਾ ਸਮਾਪਨ ਸਮਾਗਮ ਦੇਖਿਆ। ਉਹਨਾਂ ਨੂੰ ਇਹ ਯਾਦ ਹੋਏਗਾ ਕਿ ਕਬੱਡੀ ਕੱਪ ਦੇ ਸਮਾਪਨ ਸਮਾਗਮ ਦੇ ਵਿੱਚ ਸਾਡਾ 85 ਸਾਲ ਦਾ ਬਜ਼ੁਰਗ ਮੁੱਖ ਮੰਤਰੀ 3.5 ਘੰਟੇ ਬੈਠ ਕੇ ਇੱਕ ਤਾਂ ਸਾਊਂਡ ਦੀ ਹਿੰਸਾ ਬਰਦਾਸ਼ਤ ਕਰਦਾ, ਆਵਾਜ਼ ਦੀ ਹਿੰਸਾ, ਦੂਜਾ ਕੈਟਰੀਨਾ ਕੈਫ ਨੂੰ ਦੇਖਦਾ ਅਤੇ ਪੂਜਾ ਨੂੰ ਸੁਣਦਾ। ਜੇ ਇਸ ਮੁੱਖ ਮੰਤਰੀ ਨੇ ਦਲਜੀਤ ਦੁਸਾਂਝ ਨੂੰ ਸੁਣਨਾ ਕਬੱਡੀ ਕੱਪ 'ਚ, ਪੂਜਾ ਨੂੰ ਸੁਣਨਾ ਅਤੇ ਕੈਟਰੀਨਾ ਕੈਫ ਦਾ ਨਾਚ ਦੇਖਣਾ, ਉਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਫਿਰ ਹਨੀ ਸਿੰਘ ਜੇ ਮੈਂ ਹੂੰ ਬਲਾਤਕਾਰੀ ਹੂੰ ਗਾਊਗਾ ਤਾਂ ਉਹਨੂੰ ਕੌਣ ਰੋਕੇਗਾ? ਉਹਨੂੰ ਰੋਕੇਗਾ ਸਾਡੀਆਂ ਬੱਚੀਆਂ ਦਾ ਇਨਕਲਾਬੀ ਗਿੱਧਾ। ਅਤੇ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਿਲ ਹੋਵੋ, ਅਸੀਂ ਬਦਲ ਦਈਏ ਉਹਨਾਂ ਨੂੰ, ਸਾਡਾ ਬਦਲ ਦੇਣਾ ਹੀ ਉਹਨਾਂ ਨੂੰ ਜਵਾਬ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀਆਂ ਇਹਨਾਂ ਬੱਚੀਆਂ ਦਾ ਅਤੇ ਜਿਨ੍ਹਾਂ ਨੇ ਇਹਨਾਂ ਨੂੰ ਤਿਆਰ ਕਰਾਇਆ, ਤੁਹਾਡਾ ਸਾਰਿਆਂ ਦਾ ਮਿਹਰਬਾਨੀ। ਸ਼ੁਕਰੀਆ ਸੁਸ਼ੀਲ ਜੀ, ਸ਼ੁਕਰੀਆ ਵੰਸ ਅਗੇਨ ਫੁਲਕਾਰੀ ਗਰੁੱਪ।